वेलकम टू दिस एपिसोड ऑफ द हरप्रीत सिंह शो थोड़ा मेरा साथ मंडे टू फ्राइडे सवेरे अठो तो लैके नौ बजे तक मंडे टू थर्सडे रात को दस तो लैके ग्यारह बजे तक ਅਤੇ ਸੈਟਰਡੇ ਨੂੰ ਦੋ ਵਾਰੀ ਸਾਂਝ ਪਾਣੇ ਆ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ 14 ਮਹੀਨ ਨੂੰ ਪ੍ਰੋਵਿੰਸ਼ੀਅਲ ਚੋਣਾਂ ਹੋਣ ਜਾ ਰਹੀ ਨੇ BC ਦੇ ਵਿੱਚ ਤੇ ਇਸ ਦੇ ਵਾਸਤੇ ਬਹੁਤ ਸਾਰਾ ਜੋ ਲੋਕਾਂ ਵਿੱਚ ਉਤਸ਼ਾਹ ਹੈ ਤੇ ਕੈਂਡੀਡੇਟਸ ਵੀ ਜਿਹੜੇ ਨੇ ਡੋਰ ਨਾਕਿੰਗ ਕਰ ਰਹੇ ਨੇ ਕੈਂਪੇਨਿੰਗ ਕਰ ਰਹੇ ਨੇ ਅਸੀਂ ਤੁਹਾਨੂੰ ਇਹ ਵਾਅਦਾ ਕੀਤਾ ਸੀ ਕਿ ਹਰ ਇੱਕ ਪਾਰਟੀ ਦੀ ਜਿਹੜੀ ਇੰਪੋਰਟੈਂਟ ਕੰਸਟਿਟੂਐਂਸੀ ਨੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਉਮੀਦਵਾਰਾਂ ਨੂੰ ਬੁਲਾ ਕੇ ਤੁਹਾਡੇ ਨਾਲ ਸਾਂਝ ਪਾਵਾਂਗੇ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਕੌਣ ਉਹ ਉਮੀਦਵਾਰ ਹਨ ਕੀ ਉਹਨਾਂ ਦੀ ਸੋਚ ਹੈ ਤੇ ਕੀ ਉਹ ਤੁਹਾਡੀ ਸੋਚ ਨੂੰ ਰਿਪਰੈ ਅੱਜ ਤੋਂ ਅਸੀਂ ਲੈ ਕੇ ਜਾਵਾਂਗੇ ਅਸੀਂ ਵੈਂਕੂਵਰ ਕਿੰਗਸਵੇ ਜਿੱਥੇ ਕਿ ਲਿਬਰਲ ਪਾਰਟੀ ਦੇ ਉਮੀਦਵਾਰ ਗੁਰਜੀਤ ਚੱਲੂ ਸਾਡੇ ਕੋਲ ਅੱਜ ਸਟੂਡੀਓ ਦੇ ਵਿੱਚ ਆਏ ਨੇ ਅਤੇ ਇਹਨਾਂ ਦੇ ਆਪੋਨੈਂਟ ਹਨ ਐਨਡੀਪੀ ਪਾਰਟੀ ਦੇ ਲੀਡਰ ਐਡਰੀਅਨ ਡੈਕਸ ਆਓ ਸਵਾਗਤ ਕਰਦੇ ਹਾਂ ਗੁਰਜੀਤ ਚੱਲੂ ਜੀ ਹੈਰਜੀ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਫਾਰ ਹੈਵਿੰਗ ਮੀ ਵੈਲਕਮ ਸੋ ਥੋੜਾ ਜਿਹਾ ਪਛੋਕਰ ਤੁਹਾਡਾ ਕੀ ਤੁਸੀਂ ਕਰਦੇ ਹੋਗੇ profession ਕੀ ਹੈ ਤੁਹਾਡਾ profession ਐਸ ਵੇਲੇ ਅਸੀਂ ਲੀਫ ਤਾਂ ਹੈਗੇ ਆ ਆ ਆਰਸੀਐਮਪੀ ਦੇ ਵਿੱਚ ਕੰਮ ਕੀਤਾ ਹੈ ਰਾਈਟ ਪਿਛੇ 7 ਸਾਲਾਂ ਤੋਂ ਅਮ ਅੱਜਕੱਲ ਅਸੀਂ ਸਾੜੇ ਕੰਮ ਹੈਗਾ ਜਿਹੜੇ ਆਰਸੀਐ that's my job recruiting right. hire so gurjit uh, a jump into provincial politics uh, from uh, a space where you were well settled kind of mm -hmm. thing kiwe mann vich aaya kyun kita tusi basically it's for the future mm -hmm. but je yeah, and the future vas dikita je assi <laughs> aaj apni awaaz na uthaonge um, <laughs> ਕਾਲ ਦਾ ਫਿਊਚਰ ਸਟੇ ਨਿਆਣਾ ਤਾਂ ਸੀ ਕਿਦਾਂ ਕਹਿ ਸਕਦੇ ਆ ਵੀ ਇਦਾਂ ਹੋਣਾ ਚਾਹੀਦਾ ਜਾਂ ਉਦਾਂ ਹੋਣਾ ਚਾਹੀਦਾ ਆ ਦੈਟਸ ਮਾਈ ਮੇਨ ਵਿਜ਼ਨ ਇਜ਼ ਟੂ ਬੀ ਦ ਵਾਇਸ ਸੋ ਵਾਇਸ ਇਨ ਵੋਟ ਫਰੰਟ ਅ ਲਿਬਰਲ ਪਾਰਟੀ ਨੂੰ ਹੀ ਕਿਉਂ ਚੁਣਿਆ ਤੁਸੀਂ ਕੀ ਹੋਰ ਵੀ ਪਾਰਟੀਆਂ ਸੀਗੀਆਂ ਸੀ ਉੱਥੇ ਵੀ ਜਾ ਸਕਦੇ ਸੀ ਸੋ ਇਸ ਪਾਰਟੀ ਨੂੰ ਕਿਉਂ ਚੁਣਿਆ ਹਾਂਜੀ ਇਸ ਲਈ ਜਿਹੜੀ ਇਕਨੋਮੀ ਦੀ ਆ ਦੈਟਸ ਮਾਈ ਨੰਬਰ 1 ਫੋਕਸ ਯੂ نو ਅ ਸਟਰੋਂਗਰ ਇਕਨੋਮੀ ਇਕੁਅਲਸ ਅ ਸਿਕਯੂਅਰ ਫਿਊਚਰ ਐਂਡ ਯੂ نو ఎవਰੀਥਿੰਗ ਗੋਜ਼ ਬੈਕ ਟੂ ਦ ਕਿਡਸ ਮੈਂ ਸਿਫ ਨਿਆਣਾ ਤਾਂ ਸੋਚਨੀ ਆ ਵੀ ਇਹਨਾਂ ਦੀ ਜਿਹੜੀ ਹੈਗੀ ਹੈ ਫਿਊਚਰ ਇਕਨੋਮੀ ਤੇ ਡਿਪੈਂਡ ਹੁੰਦੀ ਹੈ ਜਿਹੜੀ ਕੋਈ ਪ੍ਰੋਗਰਾਮ ਹੈ ਸਕੂਲਿੰਗ ਹੈ ਜੇ ਇਕਨੋਮੀ ਵਧੀਆ ਹੋ ਗਈ ਤੇ ਪ੍ਰੋਗਰਾਮਸ ਵੀ ਵਧੀਆ ਹੋ ਗਿਆ ਓਕੇ ਸੋ ਤੁਹਾਡੇ ਹਿਸਾਬ ਨਾਲ ਇਹ ਪਾਰਟੀ ਹੀ ਇਕਨੋਮੀ ਨੂੰ ਸਟਰੋਂਗ ਰੱਖ ਸਕਦੀ ਹੈ ਹਾਂਜੀ ਓਕੇ ਵੈਂਕੂਵਰ ਕਿੰਗਸਵੇ ਦੀ ਜੇ ਤੁਸੀਂ ਗੱਲ ਕਰਦੇ ਆ ਤਾਂ ਉੱਥੇ ਜਿਹੜੇ ਤੁਹਾਡੇ ਆਪੋਨੈਂਟ ਹੈਗੇ ਨੇ ਉਹ ਤਾਂ ਪੂਰੇ BC ਦੇ ਵਿੱਚ ਜਾਣੇ ਪਛਾਣੇ ਨੇ ਸੋ ਜਦੋਂ ਤੁਸੀਂ ਇਸ ਰਾਈਡੀ ਨੂੰ ਚੁਣਿਆ ਤਾਂ ਉਸ ਸਮੇਂ ਕੀ ਇਹ ਖਿਆਲ ਨਹੀਂ ਆ ਕਿ ਮੈਂ ਇੱਕ ਬਹੁਤ ਜਿਹੜਾ ਕਿ ਨਾਮਵਰ ਲੀਡਰ ਉਹਨਾਂ ਦੇ ਖਿਲਾਫ ਲੜਨ ਜਾ ਰਹੀ ਹਾਂਗੀ ਮੈਂ ਚੁਣਿਆ ਏਸੀ ਕਰਕੇ ਆ ਬਿਕਾਜ਼ ਉਹ ਹੈ ਲੀਡਰ ਜੇ ਆਪਾਂ ਕੰਮ ਕਰਨਾ ਤੇ ਡਟ ਕੇ ਕਰੀਏ ਠੀਕ ਹੈ ਨਾ ਤੇ ਜੇ ਯੂ نو ਜੇ ਆਪਾਂ ਆਪੋਜੀਸ਼ਨ ਨੂੰ ਥੋੜਾ ਜਿਹਾ ਹਲਾ ਸਕਦੇ ਆ ਕਿਉਂ ਨਹੀਂ ਓਕੇ ਸੋ ਵੈਂਕੂਵਰ ਕਿੰਗਸ ਦੇ ਵਿੱਚ ਜਦ ਗੱਲ ਕਰਨੀ ਥੋੜਾ ਜਿਹਾ ਡੈਮੋਗ੍ਰਾਫਿਕਸ ਦੇ ਬਾਰੇ ਸਾਨੂੰ ਦੱਸੋ ਕਿ ਇਤੋਂ ਦੀ ਰਾਈਡਿੰਗ ਦੇ ਵਿੱਚ ਕਿਹੜੀ ਕਿਹੜੀ ਕਮਿਊਨਿਟੀਜ਼ ਦੇ ਲੋਕ ਰਹਿੰਦੇ ਨੇ ਤੇ ਜਦੋਂ ਤੁਸੀਂ ਜਾ ਕੇ ਉਹਨਾਂ ਨਾਲ ਗੱਲਬਾਤ ਕਰ ਰਹੇ ਹੋ ਕਿਹੜੇ ਇਸ਼ੂਜ਼ ਸਾਹਮਣੇ ਆ ਰਹੇ ਨੇ ਕਿੰਕਸ ਵੀធី ਬਾਇਡਿੰਗ ਵਿੱਚ ਮੋਸਲੀ ਹੈਗੇ ਆਪਣੇ ਚੀਨ ਚੀਨ ਦੇ ਲੋਕ ਹਾਂ ਥੋੜੇ ਬਹੁਤੇ ਆਪਣੇ ਹੈਗੇ ਇਹਨੇ ਨੇ अबाउट 10% ਓਕੇ ਐਂਡ ਬਾਕੀ ਫਿਲੀਪੀਨੋ ਵੀਟਨਾਮੀਸ ਉਹ ਬਾਕੀ ਗੋਰੇ ਵੀ ਹੈਗੇ ਆ ਰਾਈਟ ਸੋ ਜਦੋਂ ਡੋਰ ਕੰਪੇਨਿੰਗ ਕਰ ਰਹੇ ਹੋ ਡੋਰ ਨਾਕਿੰਗ ਕਰ ਰਹੇ ਹੋ ਤਾਂ ਕੀ ਇਸ਼ੂਸ ਕਿਹੜੇ ਉਕੇ ਲੱਗੇ ਆ ਰਹੇ ਨੇ ਜਿਹੜੇ ਵੈਂਕੂਵਰ ਕਿੰਗਸਵੇਅ ਦਾ ਏਰੀਆ ਹੈਗਾ ਯਾ ਮੋਸਟਲੀ ਹੈਗਾ ਜਿਹੜੇ ਆਪਣੇ ਵਰਗੇ ਯੰਗ ਫੈਮਿਲੀਜ਼ ਯਾ ਸੋ ਜਿਹੜੇ ਵੀ ਮਾਪੇ ਹੋਣ ਚਾਹੁੰਦੇ ਵੀ ਸਾਡੀ ਫਿਟਿਆਣਿਆਂ ਦੇ ਕੀ ਆਪਾਂ ਕਰ ਸਕਦੇ ਆ ਅਸੀਂ ਫਿਊਚਰਿਆਂ ਦਾ ਕਿੱਦਾਂ ਬਣਾ ਸਕਦੇ ਆ ਵਿੱਚ ਵੀ ਹੈਗੇ ਆ ਸਾਡੇ ਵਰਗੇ ਜਿਹੜੇ ਮਾਪੇ ਦਾ ਵੀ ਸੋਚੇ ਸੀਨੀਅਰਸ ਦੇ ਕੀ ਕਰ ਸਕਦੇ ਆ ਰਾਈਟ ਸੋ ਉਹ ਦੋ ਮੇਨ ਇਸ਼ੂਸ ਇਹੀ ਆਉਂਦੇ ਆ ਕਿਡਸ ਐਂਡ ਸੀਨੀਅਰਸ ওকে ਐਂਡ ਦੋਨੇ ਜਿਹੜੇ ਇਸ਼ੂਸ ਹੈਗੇ ਆ ਏ ਵੈਰੀ ਕਲੋਸ ਟੂ ਮਾਈ ਹਾਰਟ ਬਿਕਾਜ਼ ਮੇਰੇ ਆਪ ਦੇ ਦੋ ਬੱਚੇ ਹੈਗੇ ਆ ਤੇ ਅੱਗੇ ਮੇਰੇ ਮਾਪੇ ਵੀ ਹੈਗੇ ਆ ਠੀਕ ਕਾਤਕ ওকে ਤਾਂ ਹੁਣ ਜਦੋਂ ਤੁਸੀਂ ਜਾ ਰਹੇ ਹੋ ਉਥੇ ਕਿਹੋ ਜਿਹਾ ਰਿਸਪਾਂਸ ਤੁਹਾਨੂੰ ਮਿਲ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਹੁਣ ਪੋਲਸ ਆ ਰਹੇ ਨੇ ਉਹਦੇ ਵਿੱਚ ਆਪੋਜੀਸ਼ਨ ਪਾਰਟੀ ਜਿਹੜੀ ਹੈਗੀ ਹੈ ਉਹਨੂੰ ਕਾਫੀ ਹਾਈ ਦੱਸਿਆ ਜਾ ਰਿਹਾ ਹੈਗਾ ਤੇ ਜਦੋਂ ਤੁਸੀਂ ਜਾ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਤੁਹਾਨੂੰ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਹੈ Polls, you know, I don't trust the polls. Who is responsible vadia the email? That. All the people who email me, you know, first of all, all the people who are going to be calling me to talk to me. You two issues have gone. I am not um, going fight Right. Nine times out of ten, they will say, "You know, we are glad you ran. Right. We are we're very hopeful for you. Mm -hmm. We have very much confidence that you will be doing the job." so what are the major issues in your particular platform apni party nu chhad ke tusi kede muddeyan nu leke lokan kol ja rahe ke ke tonu kyon vote paan ho mere hai ga families again it's my own families that got me started am inu hai ga vi jinna vi asi ajj bachyan layi secure future bana sakde ha kal vaste ji oh saada kam ya sar farz ya sade maape ne sade vaste kita ya ji ਉਹ ਨਹੀਂ ਨਾ ਕਿ ਤੋਂ ਅੱਜ ਮੈਂ ਇੱਥੇ ਬੈਠੀ ਨਾ ਹੁੰਦੀ। ਜੀ। ਸੋ ਮੇਰਾ ਵੀ ਅੱਗੇ ਫਰਜ ਬਣਦਾ ਆ। ਬਿਨਿਆਣੇ ਦੇ ਫੀਚਰ ਸੀ ਕਿੱਦਾਂ ਉਹ ਵਧੀਆ ਕਰੀਏ। ਕਿੱਦਾਂ ਉਹਨਾਂ ਨੂੰ ਡੈਟ ਫ੍ਰੀ ਰੱਖੀਆ। ਰਾਈਟ। ਸੋ ਇਕਨੋਮੀ ਦਾ ਇੱਕ ਮੇਨ ਮੁੱਦਾ ਹੋ ਗਿਆ। ਤਾਂ ਉਸ ਤੋਂ ਇਲਾਵਾ ਹੋਰ ਕਿਹੜੇ ਤੁਸੀਂ ਪੁਆਇੰਟਸ ਲੈ ਕੇ ਲੋਕਾਂ ਕੋਲ ਜਾ ਰਹੇ ਹੋ? ਸਕੂਲ ਪ੍ਰੋਗਰਾਮਸ। ਮੇਰੇ ਆਪਦੀ ਇੱਕ ਬੱਚੀ ਹੈਗੀ 8 ਸਾਲਾਂ ਦੀ, 12 ਸਾਲਾਂ ਦਾ ਬੇਟਾ ਆ। ਜੀ। ਜਦੋਂ ਮੇਰੀ ਬੱਚੀ ਕਿੰਡਰਗਾਰਟਨ ਨੂੰ ਗਈ ਸੀਗੀ। ਹਮ। ਉਹ ਫੁੱਲ ਟਾਈਮ ਕਿੰਡਰਗਾਰਟਨ ਕਲਾਸ ਵਿੱਚ ਗਈ ਸੀ ਉਹ ਲਿਬਰਲਸ ਨੇ ਅੱਗੇ ਲੈ ਕੇ ਆਂਦਾ ਸੀਗਾ ਜਦੋਂ ਮੇਰੇ ਬੇਟਾ ਸੀ ਉਹ ਹਾਫ ਟਾਈਮ ਜਾਂਦਾ ਸੀ ਬਹੁਤ ਔਖਾ ਸੀਗਾ ਕਿ ਇੱਕ ਤੇ ਮੈਂ ਕੰਮ ਕਰਦੀ ਸੀਗੀ ਦੂਜੀ ਪੱਛੀ ਨੂੰ ਚੱਕਣਾ ਢਾਈਆਂ ਕੰਦੇ ਆ ਬਾਅਦ ਰਾਈਟ ਜਦੋਂ ਫਿਰ ਮੇਰੀ ਬੇਟੀ ਗਈ ਫੁੱਲ ਡੇ ਉਹ ਥੇ ਰਹੀ ਹਾਂ ਹਾਂ ਤੇ ਉਹ ਜਿਹੜੇ ਇਦਾਂ ਦੇ ਫਾਇਦੇ ਹੋਏ ਆ ਸਕੂਲ ਲਈ ਜੀ ਉਹ ਮੈਂ ਖੁਦ ਵੜਤੇ ਆ ਰਾਈਟ ਸੋ ਉਹਨਾਂ ਲਈ ਮੈਂ ਸਟੈਂਡ ਕਰੂੰਗੀ ਲਿਬਰਲਸ ਲਈ ਓਕੇ ਇਟਸ ਅ ਸੀਨੀਅਰਸ ਜੀ ਵੀ ਤੁਸੀਂ ਗੱਲ ਕੀਤੀ ਸੀ ਕਿ ਸੀਨੀਅਰਸ ਜਿਹੜੇ ਇਸ਼ੂਜ਼ ਹੈਗੇ ਨੇ ਹਾਂ ਜੀ ਉਹਦੇ ਵਾਸਤੇ ਵੀ ਕਿਉਂਕਿ ਸੀਨੀਅਰਸ ਦੇ ਬਹੁਤ ਵੱਡੀ ਦੇ ਨੇ ਉਹਨਾਂ ਨੇ ਸਾਨੂੰ ਇਸਟੈਬਲਿਸ਼ ਕੀਤਾ ਉਸ ਤੋਂ ਇਲਾਵਾ ਇਸ ਪ੍ਰਾਂਤ ਦੇ ਵਿੱਚ ਆਪਣਾ ਮੁਕਾਮ ਜੋ ਹੈ ਜਿੱਥੇ ਵੀ ਸੀਐਚ ਪਹੁੰਚੇ ਉਹਨਾਂ ਦੀ ਬਦੌਲਤ ਉਹਨਾਂ ਦੀ ਮਿਹਨਤ ਕਰਕੇ ਸੋ ਉਹਨਾਂ ਦੇ ਵੀ ਜਿਹੜੇ ਮੇਜਰ ਇਸ਼ੂਜ਼ ਨਿਕੀ ਉਹਨਾਂ ਨੂੰ ਵੀ ਤੁਸੀਂ ਚੁੱਕੋਗੇ ਹਾਂ ਮੇਰੀ ਪੂਰੀ ਕੋਸ਼ਿਸ਼ ਹੋਗੀ ਜਿਹੜੇ ਕਿ ਲਿਬਰਲਸ ਨੇ ਚੇਂਜ ਕੀਤਾ ਆ ਵੋ ਨਾ ਅੱਗੇ ਸੀ 50 ਸਾਲਾਂ ਤੋਂ ਤੁਸੀਂ ਕੰਮ ਛੱਡਣਾ ਪੈਣਾ ਉਹਨੇ ਹੁਣ ਵਧਾ ਦਿੱਤਾ ਆ ਹਾਂ ਹਾਂ ਹੁਣ ਜਿਹੜੇ ਸਾਡੇ ਡੈਡੀ ਵਰਗੇ ਆ ਉਹ ਚਾਹੁੰਦੇ ਕੰਮ ਕਰਨਾ ਉਹ ਤਾਂ ਬਹੁਤ ਖੁਸ਼ ਇਸ ਗੱਲਾਂ ਤੋਂ ਸੋ ਇਦਾਂ ਦੀ ਗੱਲਾਂ ਤੋਂ ਅਸੀਂ ਹੋਰ ਵਧਾਉਂਗੇ ਸੀਨੀਅਰਸਲੀ ਸੋ ਡੈਮੋਕਰੇਸੀ ਜਿੱਥੇ ਗੱਲ ਕੀਤੀ ਸੀ ਕਿ ਵੱਖਰੀ ਵੱਖਰੀ ਕਮਿਊਨਿਟੀਜ਼ ਦੇ ਲੋਕ ਰਹਿੰਦੇ ਹੈਗੇ ਨੇ ਤਾਂ ਜ਼ਿਆਦਾਤਰ ਉੱਥੇ ਲੋਕ ਕੀ ਬਿਜ਼ਨਸਮੈਨ ਨੇ ਜਾਂ ਏਮਪਲੋਇਜ਼ ਨੇ ਜਾਂ ਕੀ ਉਹ ਮਿਕਸ ਕੋਈ ਕੰਮ ਕਰਦੇ ਹੈਗੇ ਨੇ ਸਾਡੇ ਵਰਗੇ ਮੀਡਲ ਕਲਾਸ ਬੰਦੇ ਹੈਗੇ ਆ ਕਿਸੇ ਲਈ ਕੰਮ ਕਰਦੇ ਆ ਮੋਸਟਲੀ ਉੱਥੇ ਇੰਨੇ ਬਿਜ਼ਨਸਮੈਨ ਹੈ ਨਹੀਂਗੇ ਹਾਂ ਹਾਂ ਯਾ ਟੂਰਡਸ ਦ ਐਂਡ ਐਨੀ ਟਾਈਮ ਧੂਰਿੰਗ ਥਿਸ ਕੈਂਪੇਨ ਹੈਵ ਯੂ ਬੀਨ ਇੰਟੀਮੀਡੇਟਿਡ ਬਾਈ ਕਿ ਭਈ ਇੱਕ ਕਪੜਾ ਇੱਕ ਲੀਡਰ ਆਫ ਅ ਪਾਰਟੀ ਜਿਹੜਾ ਹੈ ਉਹਦੇ ਖਿਲਾਫ ਮੈਂ ਖਲੋਤੀ ਹੈਗੀਆਂ ਤੇ ਕੋਈ ਐਸਾ ਕੋਈ ਸਮਾ ਜਾਂ ਕੋਈ ਐਸੀ ਕੋਈ ਚੀਜ਼ ਸ਼ੇਅਰ ਕਰਨਾ ਚਾਹੋ ਸਾਡੇ ਦਰਸ਼ਕਾਂ ਨਾਲ ਅਖੀਰ ਵਿੱਚ ਕਿ ਜਿਹੜੀ ਤੁਹਾਨੂੰ ਇਨਸਪਾਇਰ ਕਰਦੀ ਕਿ ਜਿਸ ਮਿਸ਼ਨ ਤੇ ਤੁਸੀਂ ਲੱਗੇ ਹੋ ਉਹਦੇ ਵਿੱਚ ਤੁਸੀਂ ਹੋਰ ਅੱਗੇ ਜਾਓ ਇੰਟੀਮੀਡੇਸ਼ਨ ਤਹਲੇ ਤੱਕ ਹੋਈ ਨਹੀਂ ਗਈ ਉਹਦੇ ਵੱਲੋਂ ਨਾ ਹੀ ਮੈਨੂੰ ਲੱਗਦਾ ਹੋਊਗੀ ਇਹਨਾਂ ਜ਼ਰੂਰ ਮੈਨੂੰ ਕਈਆਂ ਨੇ ਕਿਹਾ ਵੀ ਤੇ ਕੋ ਕੰਮ ਹੋਣਾ ਨਹੀਂਗਾ ਅੱਛਾ ਜੀ ਵਧੀਆ ਉਹਨੇ ਕਿਹਾ ਮੈਨੂੰ बिकॉज ਉਹਨੇ ਵਿੱਚ ਮੇਰੇ ਹੋਰ ਹੌਸਲਾ ਵਧਦਾ ਆ ਇਹ ਕੰਮ ਇਹ ਕਰਕੇ ਦਿਖਾਉਣ ਆਇਆ ਠੀਕ ਹੈ ਸੋ ਰੋਜ਼ ਤੁਸੀਂ ਹੁਣ ਡੋਰ ਕੰਪੇਨਿੰਗ ਜਿਹੜੀ ਕੰਪੇਨਿੰਗ ਕਰ ਰਹੇ ਹੋ ਡੋਰ ਨਾਕਿੰਗ ਕਰ ਰਹੇ ਹੋਗੇ ਉਹ ਤਾਂ ਉਹਦੇ ਵਿੱਚ ਕੀ ਸਿਰਫ ਸਾਊਥ ਏਸ਼ੀਅਨਸ ਨਾਲ ਹੀ ਤੁਸੀਂ ਵਰਕ ਕਰ ਰਹੇ ਹੋ ਜਾਂ ਬਾਕੀ ਕਮਿਊਨਿਟੀਜ਼ ਨੂੰ ਨਾਲ ਰਲਾ ਕੇ ਤੁਸੀਂ ਜਾਂਦੇ ਹੋਗੇ ਮੇਰੇ ਨਾਲ ਬਹੁਤ ਜਾਣੇ ਜੁੜ ਗਏ ਆ ਹਾਂ ਹਾਂ ਚੀਨ ਦੇ ਤੇ ਮੇਰੇ ਨਾਲ ਕਾਫੀ ਆ ਵੀ ਨਮੀਜ਼ ਵੀ ਮੇਰੇ ਅੱਗੇ ਆ ਹਟਿਆ ਫਿਲੀਪੀਨੋ ਆਪਣੇ ਆਪ ਆਉਂਦੇ ਆ ਵੀ ਅਸੀਂ ਕੀ ਤਰੀਕੇ ਦਾ ਹੈਲਪ ਕਰੀਏ ਇੱਕ ਤਾਂ ਅਸੀਂ ਹੈ ਕਿ ਯੰਗ ਫੈਮਿਲੀ ਦੂਜੀ ਆਈ ਐਮ ਅ ਮਦਰ ਐਂਡ ਥਰਡਲੀ आई कैन ओनिया मैं अंडरस्टैंड कर सकती हां वो खुद ब खुद अपने आप आਉਂਦੇ ਵੀ ਅਸੀਂ ਕਿੱਦਾਂ ਤੇਰੀ ਮਦਦ ਕਰੀਏ রাইਟ ਸੋ ਇਹਦੇ ਚ ਗੁਰਜੀਤ ਇੱਕ ਚੀਜ਼ ਜਿਹੜੀ ਆਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਪੋਲਿਟਿਕਸ ਜਿਹੜੀ ਇਟਸ ਬੀਕਮ ਅ ਡਰਟੀ ਵਰਲਡ ਐਂਡ ਲੋਕ ਜਿਹੜੇ ਨਾ ਪੋਲਿਟਿਸ਼ੀਅਨਸ ਤੇ ਉਹਨਾਂ ਵਿਸ਼ਵਾਸ ਨਹੀਂ ਕਰਦੇ ਪਹਿਲੇ ਵਾਂਗੂ ਜਿਸ ਤਰ੍ਹਾਂ ਕਿ ਭਈ ਜੋ ਇਹ ਕਹਿੰਦੇ ਨੇ ਉਹ ਪੂਰਾ ਕਰਨਗੇ ਸੋ ਤੁਸੀਂ ਕਿਵੇਂ ਅਸ਼ੋਰੈਂਸ ਦਿੰਦੇ ਹੋ ਕਿ ਜੋ ਵੀ ਤੁਸੀਂ ਹੁਣ ਇਸ ਸਮੇਂ ਪ੍ਰੋਮਿਸਸ ਕਰ ਰਹੇ ਹੋ ਉਹਨਾਂ ਦਾ ਤੁਸੀਂ ਨਿਤਰੋਗੇ ਉਹਨੂੰ ਪੂਰਾ ਕਰੋਗੇ ਸਾਡੀ ਜਨਰੇਸ਼ਨ ਹੈ ਕਿ ਥੋੜੀ ਜਿਹੀ ਅਲੱਗ ਜਾਈ ਅਸੀਂ ਹੈਗੇ ਯੰਗਰ ਜਨਰੇਸ਼ਨ ਵਾਟ ਵੀ ਸੇ ਵੀ ਵਿਲ ਡੂ ਰਾਈਟ ਹਨਾ ਜਿਨੇ ਅਸੀਂ ਵਾਦੇ ਬਣਾਉਂਗੇ ਜੀ ਮੇਰੀ ਪੂਰੀ ਕੋਸ਼ਿਸ਼ ਹੋਗੀ ਉਹਨਿਉਨੂ ਪੂਰੇ ਕਰਨ ਦੀ ਜੀ ਅਸ ਡਰਟੀ ਪੋਲੀਟਿਸ਼ੀਅਨ ਮੈਂ ਤਾਂ ਇਹ ਦੇਖ ਮੈਂ ਦੇਖਦੀ ਆ ਵੀ ਇੱਕ ਵਾਰੀ ਮੈਂ ਕਿਸੇ ਦੀ ਰਿਪਰੈਜ਼ੈਂਟੇਟਿਵ ਬਣਾ ਜਿੱਦਾਂ ਅਸੀਂ ਛੋਟੇ ਹੋਏ ਤਾਂ ਯੂ نو ਆਪਣੀ ਕਮਿਊਨਿਟੀ ਵਿੱਚ ਬਾਕੀਆਂ ਦੀ ਹੈਲਪ ਕਰਦੇ ਆ ਜੋ ਵੀ ਸਾਡੀ ਅੰਕਲਸ ਆਂਟੀਜ਼ ਹੋਏ ਉਹਨੀਆਂ ਡਾਕਟਰ ਲਾ ਕੇ ਕੋਈ ਚਿੱਠੀ ਪੜ੍ਹ ਕੇ ਦੇਤੀ ਇਹਦੇ ਹੋ ਮੈਂ ਵੱਡੇ ਇੱਕ ਪ੍ਰੋਗਰਾਮ ਨਹੀਂ ਕਰਨਾ ਚਾਹੁੰਦੀ ਆ ਜੀ ਐਨਾਲ ਤੁਸੀਂ ਜਿਸ ਤਰ੍ਹਾਂ ਇਸ ਯੰਗਸਟਰ ਜਨਰੇਸ਼ਨ ਜਿਹਦੀ ਤੁਸੀਂ ਗੱਲ ਕੀਤੀ ਇਥੋਂ ਦੇ ਇਸ਼ੂਜ਼ ਇਥੋਂ ਦੇ ਕਨਸਰਨਸ ਨੂੰ ਸਮਝਦੇ ਹੋਗੇ ਸੋ ਡੂ ਯੂ ਥਿੰਕ देयर इज आल्सो ਅ ਨੀਡ ਕਿ ਸਾਡੀ ਇੰਟੀਗ੍ਰੇਸ਼ਨ ਜਿਹੜੀ ਹੈਗੀ ਏ ਉਹ ਥੋੜੀ ਬੈਟਰ ਹੋਵੇ ਕਮਿਊਨਿਟੀਜ਼ ਦੀ ਕਿਉਂਕਿ ਵਧੀਆ ਗੱਲ ਹੈ ਇੱਕ ਮਲਟੀਕਲਚਰਲ ਦੇਸ਼ ਜਿੱਥੇ ਅਸੀਂ ਆਏ ਪਰ ਹੁੰਦਾ ਕੀ ਹੈ ਕਿ ਅਸੀਂ ਕਈ ਵਾਰੀ ਆਪਣੀ ਆਪਣੀ ਥਾਵਾਂ ਤੇ ਹੀ ਰਹਿ ਜਾਂਦੇ ਤੇ ਉਹ ਗੱਲ ਜਿਹੜੀ ਇੰਟੀਗ੍ਰੇਸ਼ਨ ਹੋਣੀ ਚਾਹੀਦੀ ਨਹੀਂ ਹੁੰਦੀ ਸੋ ਜੇਕਰ ਤੁਸੀਂ ਐਮਐਲਏ ਚੁਣੇ ਜਾਂਦੇ ਤਾਂ ਕੀ ਵਿਲ ਯੂ ਇਨੀਸ਼ੀਏਟ ਸਮ ਸਟੈਪਸ ਜਿਹਦੇ ਨਾਲ ਕਿ ਹੋਰ ਇੰਟਰੈਕਸ਼ਨ ਹੋਵੇ ਤੇ ਅਸੀਂ ਆਪਣੇ ਆਪ ਨੂੰ ਹੋਰ ਮਾਨ ਮਹਿਸੂ and we a campaign we and campaign team, are wonderful. towards the end, why should the public vote for gurje dillan? because i am the best representative. i reflect the people of kingsway. i have these issues at heart. and when somebody has them at heart, they fight for them passionately. wonderful. congratulations and best wishes for may the 14th. thank you.